ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹਾਲ ਚਾਲ ਜੀ? ਠੀਕ ਠਾਕ ਹੋ? ਲਾਈਵ ਤਾਂ ਆਪਣੇ ਆ ਗਿਆ, ਪਰ ਮੈਨੂੰ ਕੁਛ ਲਾਈਵ ਵਿਊਅਰਸ ਅੱਛਾ ਆ ਗਏ ਹੁਣ ਮੈਨੂੰ ਤੁਹਾਡੇ ਹਾਲੇ ਮੈਨੂੰ ਅੰਗੂਠੇ ਥੰਮ ਥੁੰਮ ਜੇ ਨਹੀਂ ਆਉਣ ਲੱਗੇ, ਆ ਗਏ। ਹੈਲੋ, ਚਲੋ ਚੀਜ਼ਾਂ ਆਉਣ ਲੱਗ ਗਈਆਂ ਜੀ। ਲਓ ਜੀ, ਅਪਡੇਟ ਹੋਏ ਹਾਂ ਖਾਸ ਇਸ ਲਈ ਕਿ ਟ੍ਰੇਲਰ ਆਪਣਾ ਰਿਲੀਜ਼ ਹੋਣਾ ਸੀ ਅੱਜ ਸੂਬੇਦਾਰ ਜੋਗਿੰਦਰ ਸਿੰਘ ਦਾ, ਅਤੇ ਉਹ ਹਲੇ ਤੱਕ ਤੁਹਾਡੇ ਕੋਲ ਪਹੁੰਚਿਆ ਨਹੀਂ। ਸੋ ਕਈ ਬੰਦਿਆਂ ਦੇ ਮੈਸੇਜ ਆਈ ਜਾਂਦੇ ਨੇ, ਕਈਆਂ ਦੇ ਮੈਸੇਜ ਆਈ ਜਾਂਦੇ ਨੇ, ਕਹਿੰਦੇ ਕਿ ਬਾਈ ਜੀ ਟ੍ਰੇਲਰ ਦਾ ਕੀ ਸੀਨ ਹੈ, ਹੈਰੀ ਚਾਲ ਜੀ ਪੁੱਛ ਰਹੇ ਹੋ। ਬਾਈ ਜੀ, ਟ੍ਰੇਲਰ ਦੇ ਸੀਨ ਦੇ ਲਈ ਮੈਂ ਅਪਡੇਟ ਹੋਇਆ। ਸੋ ਟ੍ਰੇਲਰ ਦਾ ਫਿਲਹਾਲ ਸੀਨ ਇਹ ਆ ਵੀ ਟ੍ਰੇਲਰ ਸਾਡਾ ਰੈਡੀ ਹੋ ਗਿਆ, ਟੱਚ ਵਰਡ, ਬਹੁਤ ਘੈਂਟ ਟ੍ਰੇਲਰ ਬਣਿਆ, ਮੈਂ ਦੇਖਿਆ ਅਤੇ ਮੈਨੂੰ ਬਹੁਤ ਵਧੀਆ ਲੱਗਿਆ, ਪਰ ਤੁਹਾਡੇ ਕੋਲ ਥੋੜ੍ਹਾ ਲੇਟ ਪਹੁੰਚੂਗਾ। ਸੋ ਕਿਉਂਕਿ ਕਰਦੇ ਕਰਦੇ ਟ੍ਰੇਲਰ ਲੇਟ ਹੋ ਗਏ, ਸੋ ਹੁਣ ਜਿਹੜਾ ਟਾਈਮ ਆ ਉਹ ਰਾਈਟ ਟਾਈਮ ਨਹੀਂ ਸੀਗਾ ਟ੍ਰੇਲਰ ਨੂੰ ਰਿਲੀਜ਼ ਕਰਨ ਦਾ। ਸੋ ਯੂਟਿਊਬ ਦੇ ਕਰਕੇ ਥੋੜ੍ਹਾ ਉਹਦਾ ਟਾਈਮ ਚੇਂਜ ਕੀਤਾ ਗਿਆ। ਕੱਲ੍ਹ ਨੂੰ ਸਵੇਰੇ ਉੱਠਣ ਦੇ ਸਾਰ ਤੁਹਾਨੂੰ ਸਭ ਤੋਂ ਪਹਿਲਾਂ ਟ੍ਰੇਲਰ ਮਿਲੇਗਾ ਸਵੇਰੇ 8 ਵਜੇ, 8 AM ਇਨ ਦਾ ਮੋਰਨਿੰਗ ਟ੍ਰੇਲਰ ਰਿਲੀਜ਼ ਕੀਤਾ ਜਾਏਗਾ ਸੂਬੇਦਾਰ ਜੋਗਿੰਦਰ ਸਿੰਘ ਦਾ। ਪਰ ਦੇਖੋ, ਮੈਂ ਮੰਨਦਾ ਕਿ ਤੁਸੀਂ ਵੇਟ ਕਰ ਰਹੇ ਹੋ ਸਵੇਰ ਦੇ, ਔਰ ਮੈਨੂੰ ਕਈ ਬੰਦਿਆਂ ਦੇ ਫੋਨ ਆ ਗਏ, ਮੈਸੇਜ ਆ ਗਏ, ਟ੍ਰੇਲਰ ਕਦੋਂ ਆ। ਵੇਟ ਤਾਂ ਤੁਹਾਡੀ ਹੈ, ਪਰ ਕੱਲ੍ਹ ਨੂੰ ਜਦੋਂ ਸਵੇਰੇ 8 ਵਜੇ ਆਊਗਾ ਤੁਹਾਡੇ ਭਾਂਗੇ ਖੜ੍ਹ ਦਾਂਗੇ ਜੀ ਸਾਰੇ। ਅਸੀਂ ਫੁੱਲ ਜ਼ੋਰ ਲਾਇਆ ਜੀ ਟ੍ਰੇਲਰ ਬਣਾਉਣ 'ਤੇ, ਫਿਲਮ ਬਣਾਉਣ 'ਤੇ, ਬਹੁਤ ਘੈਂਟ ਫਿਲਮ ਬਣੀ ਹੈ, ਅਤੇ ਉਹਦੇ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ ਵੀ ਜਿਹੜਾ ਥੋੜ੍ਹਾ ਡਿਲੇ ਹੋ ਗਿਆ। ਸਵੇਰੇ ਪਟਾਕ 8 ਵਜੇ ਸਵੇਰੇ ਸਾਰਿਆਂ ਨੇ ਉੱਠਦੀ ਸਾਰ ਟ੍ਰੇਲਰ ਦੇਖਣਾ ਅਤੇ ਸ਼ੇਅਰ ਕਰ ਦੇਣਾ, ਕੰਮ ਚੱਕ ਦੇਣਾ। ਸੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਥੈਂਕ ਯੂ ਪੋਸਟਰਾਂ ਨੂੰ ਸ਼ੇਅਰ ਕਰਨ ਲਈ, ਅਤੇ ਜਿੰਨੀਆਂ ਵੀ ਅਸੀਂ ਹੁਣ ਤੱਕ ਪੋਸਟਾਂ ਪਾਈਆਂ ਸਾਰੀਆਂ ਚੀਜ਼ ਨੂੰ ਤੁਸੀਂ ਸਪੋਰਟ ਕੀਤਾ, ਅਤੇ ਪੂਰੀ ਸਾਡੀ ਇੰਟਾਇਰ ਕਾਸਟ ਲਈਓ, ਸਾਡੇ ਪ੍ਰੋਡਿਊਸਰਾਂ ਲਈਓ, ਡਾਇਰੈਕਟਰ ਸਿਮਰਜੀਤ ਸਿੰਘ ਜੀ, ਰਾਸ਼ਿਦ ਜੀ ਅਤੇ ਸੁਮਿਤ ਜੀ ਵੱਲੋਂ ਮੈਂ ਤੁਹਾਨੂੰ ਸਾਰਿਆਂ ਨੂੰ ਬਸ ਇਹੀ ਕਹਿਣਾ ਸੀ ਕਿ ਟ੍ਰੇਲਰ ਲੇਟ ਹੋ ਗਿਆ, ਸਵੇਰੇ 8 ਵਜੇ ਤੁਹਾਨੂੰ ਟ੍ਰੇਲਰ ਮਿਲੇਗਾ, ਅਤੇ ਜਿਹੜੇ ਕੈਨੇਡਾ ਅਮਰੀਕਾ ਵਾਲੇ ਹੋਣਗੇ ਉਹਨਾਂ ਨੂੰ ਵੀ ਟਾਈਮ ਸਿਰ ਦੇਖਣ ਨੂੰ ਮਿਲ ਜੂਗਾ, ਅਤੇ ਹਿੰਦੁਸਤਾਨ ਵਾਲੇ ਉਹ ਤੁਸੀਂ ਉੱਠੋਗੇ, ਉੱਠਦੀ ਸਾਰ ਟ੍ਰੇਲਰ ਤੁਹਾਡੇ ਹਵਾਲੇ। ਠੀਕ ਹੈ ਜੀ, ਅਤੇ ਗਲਤੀਆਂ ਮਾਫ਼ ਜੀ। ਗੁੱਡ ਈਵਨਿੰਗ, ਹੈਲੋ ਫਰੋਮ ਪਾਕਿਸਤਾਨ, ਪਾਕਿਸਤਾਨ ਵਾਲੇ ਤੁਹਾਡੇ ਲਈ ਵੀ ਸਵੇਰੇ ਤੜਕੇ ਕੈਂਟ ਟ੍ਰੇਲਰ ਤੁਹਾਡੇ ਕੋਲ ਆਉਣਾ। ਬਾਈ ਜੀ, ਹੈਲੋ ਜੀ ਸਾਹਿਬ ਕਹਿੰਦਾ ਹੁਣ ਨਹੀਂ ਮੈਂ ਦੇਖਣਾ ਟ੍ਰੇਲਰ, ਕਹਿੰਦਾ ਤੁਸੀਂ ਬਾਈ ਲੇਟ ਕਰਤਾ, ਨਹੀਂ ਮੈਨੂੰ ਪਤਾ ਤੇਰੇ ਗੁੱਸੇ ਦਾ, ਜਿਹੜੇ ਤੂੰ ਗੁੱਸੇ ਵਾਲੇ ਮੂੰਹ ਬਣਾਇਆ ਤੂੰ ਜ਼ਰੂਰ ਦੇਖੇਗਾ ਮੇਰਾ ਭਰਾ, ਇੱਦਾਂ ਨਹੀਂ ਕਰਨਾ ਹੈਗਾ। ਸਲਾਮ ਜੀ ਪਾਕਿਸਤਾਨ ਵਾਲਿਓ, ਤੁਹਾਡੇ ਸਾਰਿਆਂ ਦੇ ਮੈਸੇਜ ਮੈਂ ਰੀਡ ਕਰ ਰਿਹਾ ਜੀ। ਥੈਂਕ ਯੂ ਜੀ, ਵੇਟਿੰਗ ਫੋਰ ਇਟ, ਥੈਂਕ ਯੂ ਸੋ ਮਚ, ਥੈਂਕ ਯੂ ਵੀਰੇ। ਅਤੇ ਕਈ ਚੀਜ਼ਾਂ ਹੁੰਦੀਆਂ ਸਾਡੇ ਹੱਥ 'ਚ ਨਹੀਂ ਹੁੰਦੀਆਂ, ਕਿਉਂਕਿ ਸਵੇਰ ਦਾ ਅਸੀਂ ਤਾਂ ਟ੍ਰੇਲਰ ਰੈਡੀ ਕਰ ਦੇਣਾ ਸੀ, ਬਟ ਜਿਨ੍ਹਾਂ ਨੇ ਸਾਨੂੰ ਸਾਊਂਡ ਇਫੈਕਟ ਦੇਣੇ ਸੀ ਉਹਨਾਂ ਦੀ ਤਬੀਅਤ ਨਹੀਂ ਸੀ ਅੱਜ ਠੀਕ। ਸੋ ਬਹੁਤ ਵੱਡਾ ਨਾਮ ਹੈ ਉਹਨਾਂ ਦਾ, ਰਸਲ ਪਕੂਟੀ, ਔਸਕਰ ਵਿਨਰ ਨੇ ਜੀ, ਸਲਮ ਡੋਗ ਮਿਲੇਨੀਅਰ ਵਿੱਚ ਕੀਤਾ ਸੀਗਾ ਜੀ, ਔਸਕਰ ਵਿਨਰ ਨੇ, ਬਹੁਤ ਵੱਡਾ ਨਾਮ ਹੈ ਅਤੇ ਬਹੁਤ ਟੈਕਨੀਕਲੀ ਸਟਰੋਂਗ ਬੰਦੇ ਇਸ ਫਿਲਮ ਦੇ ਨਾਲ ਜੁੜੇ ਹੋਏ ਨੇ, ਅਤੇ ਮੈਨੂੰ ਉਮੀਦ ਆ ਕਿ ਜਿਹੜਾ ਕੰਮ ਇਸ ਫਿਲਮ 'ਚ ਹੋਇਆ ਹਾਲੇ ਤੱਕ ਕਿਸੇ ਪੰਜਾਬੀ ਫਿਲਮ 'ਚ ਇੱਦਾਂ ਦਾ ਕੰਮ ਨਹੀਂ ਹੋਇਆ ਹੋਊਗਾ, ਤੁਹਾਨੂੰ ਘੈਂਟ ਲੱਗੂ ਜਲਵਾ ਸਾਰਾ ਕੁਛ। ਅਤੇ ਸਵੇਰੇ 8 ਵਜੇ ਮਿਲਦੇ ਹਾਂ, ਤਦ ਤੱਕ ਦੇ ਲਈ ਮੈਂ ਤੁਹਾਡਾ ਆਪਣਾ ਕੈਮਰਾਮੈਨ ਗਿੱਪੀ ਗਰੇਵਾਲ ਦੇ ਨਾਲ, ਖੁਦ ਗਿੱਪੀ ਗਰੇਵਾਲ, ਲਵ ਯੂ ਆਲ, ਸਤਿ ਸ਼੍ਰੀ ਅਕਾਲ।